ਹੁਣ ਆਪਾਂ ਗੱਲ ਕਰਦੇ ਆ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੀ ਉਹ ਵੀ ਜਿਹੜਾ ਸਕੂਲਿੰਗ ਸਟੂਡੈਂਟ ਵੀਜ਼ਾ ਸਕੂਲਿੰਗ ਵੀਜ਼ਾ ਕੀ ਹੈ ਕਿ ਜਿਹੜਾ ਬੱਚਾ ਹਜੇ ਛੋਟਾ ਹੈ ਮੈਂ ਹੁਣ ਬਰਲਿਨ ਤੋਂ ਆਈਆਂ ਜਰਮਨੀ ਤੋਂ ਸਾਡੇ ICF ਦੇ ਕਾਨਫਰੈਂਸ ਸੀ ਜੀ ਔਰ ਮੇਰੇ ਖਿਆਲ 1 ਵੀਕ ਦੇ ਡੇਸ ਮੈਂ ਲਗਾ ਕੇ ਆਈਆਂ ਉੱਥੇ ਬਹੁਤ سارے ਕੈਨੇਡਾ ਦੇ ਸਕੂਲ ਯੂਐਸ ਦੇ ਸਕੂਲਸ ਆਸਟ੍ਰੇਲੀਆ ਦੇ ਨਿਊਜ਼ੀਲੈਂਡ ਦੇ ਆਉਂਦੇ ਆ ਅਸੀਂ ਪਹਿਲੇ ਹੀ ਬਹੁਤ ਸਾਲਾਂ ਤੋਂ ਵਿਕਟੋਰੀਅਨ ਗਵਰਨਮੈਂਟ ਦੇ ਅਥੋਰਾਈਜ਼ਡ ਰਿਪਰੈਜ਼ੈਂਟੇਟਿਵਸ ਆ ਠੀਕ ਹੈ ਆਸਟ੍ਰੇਲੀਆ ਤੇ ਆਪਾਂ ਇਹ ਵੀਡੀਓ ਬਣਾ ਰਹੇ ਆ ਇਸ ਕਰਕੇ ਕਿ ਆਸਟ੍ਰੇਲੀਆ ਦਾ ਇਸ ਟਾਈਮ ਸਕੂਲਿੰਗ ਵੀਜ਼ਾ ਦਾ ਸਕਸੈਸ ਰੇਟ ਬਹੁਤ ਅੱਛਾ ਚੱਲ ਰਿਹਾ ਹੈ ਉਹ ਵੀ ਅਸੀਂ ਪੇਰੈਂਟਸ ਦੇ ਨਾਲ ਲਗਾ ਰਹੇ ਆ ਸਭ ਤੋਂ ਵੱਡੀ ਗੱਲ ਹੈ ਤੁਸੀਂ ਧਿਆਨ ਨਾਲ ਸੁਣੋ ਕਿ ਪੇਰੈਂਟਸ ਦੇ ਨਾਲ ਅਸੀਂ ਲਗਾ ਰਹੇ ਆ ਹੁਣ ਜਿਹੜਾ ਵੀਜ਼ੇ ਹੁਣ ਆਇਆ ਹੈ ਕੱਲ ਹੀ ਆਇਆ ਹੈ ਬੱਚਾ 7ਥ ਕਲਾਸ ਚ ਪੜਦਾ ਹੈ ਉਹਦੀ ਮਦਰ 60 ইয়ার্স ਦੇ ਨਾਲ ਜਾ ਰਹੀ ਹੈ ਫਾਦਰ ਹੁੰ ਟੂਰਿਸਟ ਵੀਜ਼ਾ ਲੇਗਾ ਫੈਮਲੀ ਇਕੱਠੀ ਜਾਏਗੀ ਫਾਦਰ ਨੇ ਫੇਰ ਆ ਜਾਣਾ ਆਪਣਾ ਬਿਜ਼ਨਸ ਦੇਖਣਾ ਵੈਸੇ ਵੀ ਬਣਦਾ ਵੀ ਹੈ ਕਿ ਮਦਰ ਨਾਲ ਜਾ ਰਹੀ ਹੈ ਤੇ ਫਾਦਰ ਨੇ ਆ ਕੇ ਆਪਣਾ ਕੰਮ ਧੰਦਾ ਕਰਨਾ ਜਿਸ ਤੋਂ ਫੀਸਾ ਪੇ ਕਰੇਗਾ ਜਿਹੜਾ ਵੀ ਸਟੂਡੈਂਟ ਇਹਨਾਂ ਨੇ ਸੈਵਨ ਚ ਲਗਵਾਇਆ ਇਹਨਾਂ ਦੇ ਆਪ ਦੇ ਕੁਝ ਫਿਊਚਰ ਪਲਾਨਸ ਹੋਣਗੇ ਮੇਰੀ ਜਿਹੜੀ ਸਲਾਹ ਹੁੰਦੀ ਹੈ 8th onward 11th 12th tak tusi lagwao ke tonu jidda uh, har bachcha australia jana cha reha hai kai vari onda profile nahi banda visa di bahut zyada problem aundi hai arts le liya uh, percentage ka atta hai ya do teen che jeda onda main subjects oh acche nahi hai ta better hai tusi jeda a route lende ho student visa wala schooling wala padan wala ਇਹ ਤੁਹਾਡਾ ਜਿਹੜਾ ਕਾਲਜ ਵਾਸਤੇ ਸਟੱਡੀ ਵਾਚ ਤੇ ਤੁਹਾਨੂੰ ਬਹੁਤ ਸਕਸੈਸਫੁਲ ਹੈ ਨਾਲ ਤੁਹਾਡੇ ਮਦਰ ਫਾਦਰ ਕੋਈ ਨਾਲ ਜਾਣਾ ਚਾਹੁੰਦੇ ਬੇਸਿਕਲੀ ਅਸੀਂ ਹਮੇਸ਼ਾ ਮਦਰ ਨੂੰ ਪ੍ਰੇਫਰ ਕਰਦੇ ਹਾਂ ਕਿਉਂਕਿ ਉਹ ਟੇਕ ਕੇਅਰ ਵਾਸਤੇ ਥੋੜਾ ਈਜ਼ੀ ਹੁੰਦਾ ਹੈ ਪਹਿਲੇ ਦੇ ਟਾਈਮ ਚ ਬਲਕਿ ਪੇਰੈਂਟਸ ਦਾ ਇੰਟਰਵਿਊ ਵੀ ਆ ਜਾਂਦਾ ਸੀ ਹੁਣ ਕੋਈ ਇੰਟਰਵਿਊ ਵੀ ਨਹੀਂ ਆ ਰਿਹਾ ਔਰ ਬਿਨਾ ਇੰਟਰਵਿਊ ਦੇ ਵੀਜ਼ੇ ਆ ਰਹੇ ਆ ਤੇ ਇਹ ਸਭ ਤੋਂ ਸੌਖਾ ਹੈ ਜਿਹੜਾ ਇਹਨਾਂ ਦਾ ਟੋਟਲ ਜੇ ਆਪਾਂ ਟਾਈਮ ਫਰੇਮ ਦੇਖੀਏ ਐਡਮਿਸ਼ਨ ਕਰਾਣੀ ਹੈ ਐਡਮਿਸ਼ਨ ਜਿਹੜਾ ਜਿੰਨੇ ਵੀ ਵਿਕਟੋਰੀਆ ਦੇ ਵਿੱਚ ਗਵਰਨਮੈਂਟ ਸਕੂਲਸ ਐ ਪੂਰੇ ਮੈਲਬੌਰਨ ਦੇ ਅੱਗੇ ਪਿੱਛੇ ਵਿਕਟੋਰੀਆ ਦੇ ਵਿੱਚ ਉਹ ਸਾਰੇ ਚ ਅਸੀਂ ਕਿਸੇ ਚ ਵੀ ਐਡਮਿਸ਼ਨ ਕਰਾ ਸਕਦੇ ਆ ਤੁਸੀਂ ਇਹ ਦੇਖੋ ਇੰਨੀ ਸਸਤੀ ਫੀਸ ਐ ਕਿ ਮੈਂ ਜਦ ਕੰਪੇਅਰ ਕੀਤਾ ਕੈਨੇਡਾ ਤੋਂ ਕੰਪੇਅਰ ਕੀਤਾ ਮੈਂ ਯੂਐਸ ਤੋਂ ਤੁਸੀਂ ਉਹ ਦੇਖੋ ਉੱਥੇ 60000 ਡਾਲਰ ਸਾਲ ਦੀ ਫੀਸ 70000 ਡਾਲਰ 80000 ਡਾਲਰ ਠੀਕ ਹੈ 노 ਡਾਊਟ ਉਹਦੇ ਵਿੱਚ ਬੋਰਡਿੰਗ ਹੈ ਪਰ ਇੱਥੇ ਅਸੀਂ ਖਾਲੀ 17000 ਡਾਲਰ ਚ ਕਰਾ ਰਹੇ ਹਾਂ ਔਰ ਯੂ ਐਸ ਡਾਲਰ ਤੇ ਆਸਟ੍ਰੇਲੀਅਨ ਡਾਲਰ ਦਾ ਬਹੁਤ ਫਰਕ ਹੈ ਆਸਟ੍ਰੇਲੀਅਨ ਡਾਲਰ ਤੁਹਾਡਾ 55 ਦੇ ਨੇੜੇ ਤੇੜੇ ਯੂ ਐਸ ਡਾਲਰ ਜਿਹੜਾ 80 ਡਾਲਰ 80 ਰੁਪੀਸ ਦਾ ਹੈ ਤੇ ਇਹ ਤਾਂ ਤੁਹਾਨੂੰ ਬਹੁਤ ਸਸਤਾ ਇੱਕ ਰਸਤਾ ਮਿਲ ਰਿਹਾ ਜਿਹਦੇ ਵਿੱਚ ਤੁਸੀਂ ਇੰਡੀਆ ਵੀ ਅੱਛੇ ਬੋਰਡਿੰਗ ਸਕੂਲ ਚ ਪੜੋਗੇ ਉੱਥੇ ਵੀ ਇੰਨੀ ਫੀਸ ਹੈ ਜੇ ਉੱਥੇ ਆਸਟ੍ਰੇਲੀਆ ਜਾ ਰਹੇ ਹੋ ਨੈਚੁਰਲ ਆ ਤੁਹਾਨੂੰ ਇੱਕ ਲਾਈਫ ਦਾ ਐਕਸਪੋਜ਼ਰ ਮਿਲ ਰਿਹਾ ਤੁਸੀਂ ਜਾ ਕੇ ਆਪਣਾ ਜਬ ਬੱਚਾ ਮੰਨ ਲਓ 10th ਵਿੱਚ ਆ ਜਾਂ 11th ਵਿੱਚ ਆ ਤੇ ਉਹਦਾ ਅੱਗੇ ਦਾ ਰਸਤਾ ਤੇ ਬਹੁਤ ਹੀ ਈਜ਼ੀ ਹੋ ਜਾਂਦਾ ਹੈ ਤੇ ਇਹਦੇ ਵਿੱਚ ਕੀ ਹੈ ਜਿਹੜਾ ਵੀਜ਼ਾ ਵਾਸਤੇ ਪੇਰੈਂਟਸ ਦੀ ਇਨਕਮ ਅੱਛੀ ਹੋਣੀ ਚਾਹੀਦੀ ਹੈ ਸੇਵਿੰਗਸ ਠੀਕ ਹੋਣੇ ਚਾਹੀਦੀਆਂ ਸਪான்ਸਰ ਦੇ ਤਾਂ ਹੀ ਤੁਸੀਂ ਵੀਜ਼ਾ ਲੈ ਸਕਦੇ ਹੋ ਕਿਉਂਕਿ ਕਿਤੇ ਵੀ ਤੁਸੀਂ ਜਾ ਰਹੇ ਹੋ ਤੁਹਾਡੇ ਕੋਲ ਫਾਈਨੈਂਸ਼ੀਅਲ ਮੀਨਸ ਹੈ ਤੁਸੀਂ ਪੜਨ ਵਾਸਤੇ ਉਹ ਕਿਉਂਕਿ 7ਥ ਕਲਾਸ ਦੇ ਬੱਚੇ ਦਾ ਉਹਨਾਂ ਨੇ ਸਿੱਧਾ 5 ਸਾਲ ਦਾ ਵੀਜ਼ਾ ਦਿੱਤਾ ਜੀ ਤੁਸੀਂ ਇਹ ਦੇਖੋ ਉਹਦੇ ਬਾਅਦ ਬੱਚਾ ਅੱਗੇ ਐਡਮਿਸ਼ਨ ਲੈ ਕੇ ਅੱਗੇ ਐਕਸਟੈਂਡ ਹੋ ਜਾਏਗਾ ਤੇ ਵੀਜ਼ਾ ਲੰਬਾ ਦਿੰਦੇ ਆ ਔਰ ਇਹ ਹੈ ਕਿ ਤੁਹਾਡਾ ਜਿਹੜਾ ਫਾਈਨੈਂਸ਼ੀਅਲਸ ਮੀਨਸ ਥੋੜੇ ਠੀਕ ਦਿਖਾਣੇ ਇਨਕਮ ਟੈਕਸ ਰਿਟਰਨ ਆ ਥੋੜੀ ਠੀਕ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਤੁਸੀਂ ਪੜ੍ਹਾਈ ਕਰਨ ਵਾਸਤੇ ਜਾ ਰਹੇ ਉਹਦੇ ਵਾਸਤੇ ਪੇਰੈਂਟਸ ਅਫੋਰਡ ਕਰ ਸਕਦੇ ਕਿ ਨਹੀਂ ਇੱਕ ਇਹ ਮੇਨ ਮੁੱਦਾ ਰਹਿੰਦਾ ਹੈ ਜ ਜੇ ਪੇਰੈਂਟਸ ਕੋਲ ਇਨਕਮ ਠੀਕ ਹੈ bizness ਠੀਕ ਹੈ ਮਦਰ ਨਾਲ ਜਾਣਾ ਚਾਹੁੰਦੇ ਆ ਦਿਸ ਇਸ ਦਾ ਗੁੱਡ ਅਪਰਚੂਨਿਟੀ ਫਾਰ ਦਾ ਸਕੂਲਿੰਗ ਵੀਜ਼ਾ ਦੇਖੋ ਕੋਈ ਵੀ ਜਦ ਯੂਨੀਵਰਸਿਟੀ ਰੈਪ ਆਉਂਦੇ ਆ ਬੱਚਾ ਸਕਾਲਰਸ਼ਿਪ ਡਾਇਰੈਕਟ ਲੈ ਸਕਦੇ ਉਹਨਾਂ ਤੋਂ ਔਰ ਹਰ ਯੂਨੀਵਰਸਿਟੀ ਦਾ ਐਪ ਆਪਣੇ ਆਪਣੇ ਆਪ ਚ ਸਪੈਸ਼ਲਾਈਜ਼ਡ ਹੈ ਇਸ ਕਰਕੇ ਉਸ ਯੂਨੀਵਰਸਿਟੀ ਦੀ ਪਾਰਟੀਕুলਰ ਯੂਨੀਵਰਸਿਟੀ ਦੀ ਇਨਫੋਰਮੇਸ਼ਨ ਜਿਆਦਾ ਅੱਛੀ ਮਿਲ ਜਾਂਦੀ ਹੈ ਤੇ ਜਦ ਇਨਫੋਰਮੇਸ਼ਨ ਲੈਣ ਆਉਂਦੇ ਆ ਔਰ ਉਸ ਦਿਨ ਕਾਫੀ ਸਾਰੀ ਹੋਰ ਵੀ ਇਨਫੋਰਮੇਸ਼ਨ ਮਿਲਦੀ ਹੈ ਬੱਚੇ ਨੂੰ ਕੋਈ ਅਪਲੀਕੇਸ਼ਨ ਫੀਸ ਵੇਵਰ ਹੈ ਜਾਂ ਕਿਉਂਕਿ ਹੁਣ ਕੋਈ ਵੀ ਕੰਟਰੀ ਦਾ ਜੈ ਅਪਲਾਈ ਕਰਨਾ ਹੈ ਤਾਂ ਦਿਸ ਇਜ਼ ਦਾ ਲਾਸਟ ਟਾਈਮ